लाभ सिंह होरी जुड़ गए ने। लाभ सिंह जी, जिहड़ी वीडियो क्लिप है असीं सुन पा रहे हैं, तुसीं उस दे विच सरपंच दा बेटा गल कर रहे और तुसीं उहनूं कहा कि तैनूं थप्पड़े मार के अंदर कीता हुंदा, सो की ऐसा माहौल क्यों बनिया, क्यों इहो जी गलबात या एक एक विवादपूर्ण चीज क्यों सामने आई? असल दे विच ना जी, जिहड़ा आम आदमी क्लिनिक खोलिया गया उत्थे उहदा विरोध करना ही सी। ठीक है, तुसीं बड़े लंबे टाइम तो कवरेज कर रहे हो जी जी, जदों सरकार दा कोई विरोध करन जांदा तां प्रशासन उहनां नूं पहले ही थाणियां 'च धक्क दिंदा है, तुहानूं पता है सारा कुछ, तुसीं देखिया पिछलियां सरकार जी। असीं प्रशासन नूं कहा वी जिहड़ा वी बंदा विरोध करन आया आपां उहदी गल सुणांगे, उह आपदी गल कहण आए आ। ठीक है, तो वह बैठे भी सी उत्थे, उह नरेगा मजदूरां नूं लैके बैठा सी उत्थे जी, जी। सरपंच दा मुंडा जी, उह सारी गल चल रही, एक गल ते उहने झूठ बोलिया ते मैं उहनूं रोकिया वी झूठ नहीं बोलना इस गल नूं लैके जी, तुसीं उह वीडियो 'च सुण सकदे हो। हाँ जी हाँ जी, सुन रहे। ओदू बाद जदों गल हुई तां मैं उहनूं कहा वी जे होर सरकार हुंदी उहनूं तुहानूं लफड़े मार के अंदर सिट्टिया हुंदा। ਹੁਣ ਉਹ ਗੱਲ ਨੂੰ ਮੀਡੀਆ ਤੇ ਉਹ ਜਿਹੜਾ ਸਰਪੰਚ ਦੇ ਮੁੰਡੇ ਵੱਲੋਂ ਜਿਵੇਂ ਵੀ ਤੋੜ ਮਰੋੜ ਕੇ ਪੇਸ਼ ਕਰਿਆ ਗਿਆ ਇਹੀ ਗੱਲ ਹੋਈ ਆ, ਹੋਰ ਉੱਥੇ ਉਹਦੇ ਥੱਪੜੇ ਮਾਰਨ ਦੀ ਕੋਈ ਗੱਲ ਨਹੀਂ। ਨਹੀਂ, ਅਸਲ ਦੇ ਵਿੱਚ MLA ਸਾਹਿਬ ਗੱਲ ਇਹ ਹੈ ਵੀ ਜਦੋਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ, ਲੋਕ ਬਹੁਤ ਕੁਛ ਕਹਿੰਦੇ ਆ, ਪ੍ਰੋਟੈਸਟ ਕਰਦੇ ਆ। ਅੱਜ CM ਸਾਹਿਬ ਜਦੋਂ ਸਪੀਚ ਕਰ ਰਹੇ ਸੀ ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਦੋ ਪ੍ਰੋਟੈਸਟਰ ਜਿਹੜੇ ਸੀ ਖੜੇ ਹੋਏ, ਤਾਂ ਉਹਨਾਂ ਨੇ ਬੜੇ ਠਰੰਮੇ ਨਾਲ ਕਿਹਾ ਵੀ ਕੋਈ ਗੱਲ ਨਹੀਂ, ਕੋਈ ਦੁਖੀ ਹੋਣਾ ਆਪਦੀ ਗੱਲ ਕਰ ਰਿਹਾ, ਆਰਾਮ ਨਾਲ ਤੁਹਾਡੇ ਨਾਲ ਗੱਲ ਕਰਾਂਗੇ, ਬੈਠ ਜਾਓ। ਔਰ ਉਸ ਤੋਂ ਬਾਅਦ ਪ੍ਰੋਟੈਸਟ ਨਜ਼ਰ ਵੀ ਨਹੀਂ ਆਇਆ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਹੋ, ਕਈ ਵਾਰੀ ਕੌੜੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਜੀ। ਨਹੀਂ ਨਹੀਂ, ਅਸੀਂ ਦੇਖੋ ਸਾਰਾ ਕੁਝ ਸੁਣਨ ਨੂੰ ਤਿਆਰ ਹਾਂ, ਜੇ ਨਾ ਸੁਣਨਾ ਹੁੰਦਾ ਤਾਂ ਉੱਥੇ ਬੈਠੇ ਨਾ ਹੁੰਦੇ ਜੀ। ਤੁਸੀਂ ਪੁਰਾਣੀਆਂ ਸਰਕਾਰਾਂ ਦੇਖੀਆਂ ਜੀ ਜੀ, ਵਿਰੋਧ ਕਰਨ ਵਾਲਿਆਂ ਦਾ ਹਸ਼ਰ ਵੀ ਤੁਸੀਂ ਦੇਖਿਆ, ਜੇ ਅਸੀਂ ਉਹਨਾਂ ਦੀ ਗੱਲ ਸੁਣਨੀ ਸੀ ਤਾਂ ਹੀ ਉਹ ਉੱਥੇ ਬੈਠੇ ਸੀ ਹਨਾ। ਤੇ ਸਾਨੂੰ ਮੈਨੂੰ ਉੱਥੇ ਕਿਹਾ ਵੀ ਗਿਆ ਸੀ ਕਿ ਤੁਸੀਂ ਨਾ ਜਾਓ ਉੱਥੇ ਉਦਘਾਟਨ, ਕਿਉਂਕਿ ਹੋਰ ਕਰਨੇ ਸੀ ਹਲਕੇ 'ਚ ਤੇ ਨੋਰ ਕਰ ਲਓ। ਮੈਂ ਕਿਹਾ ਵੀ ਜਦੋਂ ਆਪਾਂ ਕਿਹਾ ਹੀ ਹੋਇਆ ਵੀ ਉੱਥੇ ਜਾਣਾ, ਆਲਰੇਡੀ ਸਾਰਾ ਸੈਟਅਪ ਉੱਥੇ ਸੀਗਾ। ਮੈਂ ਕਿਹਾ ਕੋਈ ਗੱਲ ਨਹੀਂ, ਜੋ ਵੀ ਆਪਣੀ ਗੱਲ ਕਹਿਣਾ ਹੋਊਗਾ ਤਾਂ ਸੁਣਾਂਗੇ ਗੱਲ ਉਹਦੀ। ਪਰ ਜਦੋਂ ਸਾਹਮਣੇ ਵਾਲਾ ਬੰਦਾ ਦੇ ਵਜਾ ਆਪਣਾ ਇੱਕ ਮੀਡੀਆ ਬਣਾ ਕੇ ਆਪਣੀਆਂ ਵੀਡੀਓ ਬੰਦੇ ਖੜਾ ਕੇ ਤੁਹਾਡੇ ਸਾਹਮਣੇ ਝੂਠ ਬੋਲੇ, ਤਾਂ ਮੈਂ ਤੁਹਾਨੂੰ ਵੀਡੀਓ ਦੇਖੋ, ਮੈਂ ਉੱਥੇ ਰੋਕਿਆ ਵੀ ਝੂਠ ਨਹੀਂ ਬੋਲਣਾ ਇਸ ਗੱਲ ਨੂੰ ਲੈ ਕੇ। ਨਹੀਂ ਚਲੋ, ਆਪਾਂ ਇਸ ਗੱਲ ਨੂੰ ਤੇ ਸਮਝਦੇ ਹਾਂ ਵੀ ਜਿਹੜੇ ਪ੍ਰੋਟੈਸਟਰ ਹੁੰਦੇ ਆ, ਕਿਸੇ ਵੀ ਤਰੀਕੇ ਦਾ ਪ੍ਰੋਟੈਸਟ ਕਰਦੇ ਆ, ਉਹਨਾਂ ਨੇ ਤੇ ਸਾਹਮਣੇ ਵਾਲੇ ਨੂੰ ਉਕਸਾਉਣਾ ਹੀ ਹੁੰਦਾ, ਔਰ ਉਕਸਾਉਂਦੇ ਵੀ ਆ ਬਹੁਤ ਸਾਰੇ ਥਾਵਾਂ ਤੇ। ਉੱਥੇ ਮੈਂ ਉਹਨੇ ਉਹਦੇ ਥੱਪੜ ਮਾਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਕਹੀ, ਮੈਂ ਉਹਨੂੰ ਇਹ ਕਿਹਾ ਵੀ ਹੋਰ ਸਰਕਾਰਾਂ ਹੁੰਦੀਆਂ ਤਾਂ ਥੱਪੜ ਮਾਰ ਕੇ ਤੁਹਾਨੂੰ ਅੰਦਰ ਸਿੱਟਿਆ ਹੁੰਦਾ, ਤੇ ਅਸੀਂ ਤਾਂ ਤੁਹਾਡੀ ਗੱਲ ਸੁਣਨ ਲਈ ਖੜੇ ਹਾਂ ਇੱਥੇ। ਪਰ ਕਹਿੰਦੇ ਆ ਨਾ ਜਿਹੜੇ ਸ਼ਬਦ ਹੁੰਦੇ ਆ, ਕਈ ਵਾਰੀ ਉਹ ਰਿਕਾਰਡ ਹੋ ਜਾਣ ਤਾਂ ਉਹ ਸ਼ਬਦ ਵਿਵਾਦ ਦਾ ਕਾਰਨ ਬਣ ਜਾਂਦੇ। ਦੇਖੋ, ਸ਼ਬਦ ਰਿਕਾਰਡ ਹੋ ਗਏ, ਹੁਣ ਜੇ ਵੀਡੀਓ ਪਾਰਟਿਕੂਲਰ ਸਿਰਫ ਤੁਹਾਡੇ ਕੋਲੇ ਆ, ਤੁਸੀਂ ਉਹਨੂੰ ਜਿਵੇਂ ਮਰਜ਼ੀ ਪੇਸ਼ ਕਰ ਦਿਓ ਕੱਟ ਵੱਢ ਕੇ। ਨਹੀਂ, ਅਸੀਂ ਤਾਂ ਆਪਾਂ ਕਿਉਂ ਕੱਟ ਵੱਢ ਕੇ, ਅਸੀਂ ਤਾਂ ਤੁਹਾਨੂੰ ਤਾਂ ਹੀ ਨਹੀਂ ਕਹਿ ਰਿਹਾ, ਉਹ ਮੇਰੀ, ਮੈਂ ਤੁਹਾਨੂੰ ਨਹੀਂ ਕਹਿ ਰਿਹਾ ਜੀ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਵੀ ਜੇ ਮੰਨ ਲਓ ਕੋਈ ਵੀਡੀਓ ਸਿਰਫ ਤੁਹਾਡੇ ਕੋਲੇ ਆ, ਤਾਂ ਤੁਸੀਂ ਤਾਂ ਉਹਦਾ ਓਨਾ ਹੀ ਹਿੱਸਾ ਪੇਸ਼ ਕਰੋਗੇ ਨਾ ਜਿਹੜਾ ਅਗਲੇ ਦੇ ਸਾਹਮਣੇ ਵਾਲੇ ਦੇ ਖਿਲਾਫ ਹੈ। ਨਹੀਂ, ਪਰ ਤੁਹਾਨੂੰ ਲੱਗਦਾ MLA ਸਾਹਿਬ ਕਿ ਇਸ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ ਸੀ, ਬੇਵਜ੍ਹਾ ਦੀ ਕੰਟਰੋਵਰਸੀ ਕ੍ਰੀਏਟ ਹੁੰਦੀ? ਨਹੀਂ, ਕੰਟਰੋਵਰਸੀ ਤਾਂ ਦੇਖੋ ਸਾਹਮਣੇ ਵਾਲਾ ਬੰਦਾ, ਤੁਸੀਂ ਮੇਰੀ ਗੱਲ ਸੁਣੋ, ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਕਲੀਨਿਕ ਖੁੱਲਦਾ ਜੀ, ਉੱਥੇ 41 ਟੈਸਟ ਫ੍ਰੀ ਨੇ, 71 ਦਵਾਈਆਂ ਫ੍ਰੀ ਨੇ, ਇੱਕ ਸਿੰਗਲ ਰੁਪਏ ਦੀ ਪਰਚੀ ਨਹੀਂ ਲੱਗਦੀ, ਤੇ ਹੁਣ ਜੇ ਤੁਸੀਂ ਉਹਦਾ ਵਿਰੋਧ ਕਰੋਗੇ ਤਾਂ ਫਿਰ ਕੰਟਰੋਵਰਸੀ ਪੈਦਾ ਕੌਣ ਕਰ ਰਿਹਾ? ਨਹੀਂ, ਮੈਂ ਸਿਰਫ ਸ਼ਬਦਾਂ ਦੀ ਗੱਲ ਕਰ ਰਿਹਾ, ਸਰਕਾਰ ਦਾ ਮੇਨ ਮੁਹੱਲਾ ਕਲੀਨਿਕ ਤੇ ਤਾਂ ਕੋਈ ਸਵਾਲ ਨਹੀਂ ਹੈ, ਸਰਕਾਰ ਦਾ ਮੇਨ ਮੋਟਿਵ ਹੈ ਕਿ ਸਿਹਤ, ਸਿੱਖਿਆ ਤੇ ਜਿਹੜੀ ਆਪਣੀ ਹੈਗੀਆਂ ਖੇਡਾਂ, ਇਹਨਾਂ ਚੀਜ਼ਾਂ ਨੂੰ ਉੱਪਰ ਲੈ ਕੇ ਜਾਣਾ, ਮਾਣਯੋਗ ਮੁੱਖ ਮੰਤਰੀ ਸਾਹਿਬ। ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ, ਮੈਂ ਸਿਰਫ ਉਸ ਐਂਗਲ ਤੋਂ ਗੱਲ ਕਰ ਰਿਹਾ ਕਿ ਜਿਹੜੇ ਸ਼ਬਦ ਕਹਿੰਦੇ ਆ ਨਾ ਵੀ ਜਿਵੇਂ ਸ਼ਬਦ ਨਿਕਲੇ ਹੁੰਦੇ ਆ ਮੁੜ ਕੇ ਉਹ ਵਾਪਸ ਨਹੀਂ ਆਉਂਦੇ, ਪਰ ਚਲੋ ਤੁਸੀਂ ਉਹ ਗੱਲ ਕਹਿ ਸਕਦੇ ਹੋ ਵੀ ਇਸ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ ਸੀ ਉਸ ਮੌਕੇ ਤੇ, ਨਹੀਂ ਹੋ ਸਕਦਾ ਸੀ, ਜਾਂ ਕਈ ਵਾਰੀ ਤਲਖੀ 'ਚ ਆ ਕੇ ਬੰਦਾ ਕਹਿ ਦਿੰਦਾ ਕਿਸੇ ਨਾਲ, ਜੇ ਤੁਹਾਨੂੰ ਲੱਗਦਾ ਕਿ ਸਾਹਮਣੇ ਵਾਲਾ ਤੁਹਾਡੇ ਤੇ ਕੋਈ ਬਲੇਮ ਲਾ ਰਿਹਾ ਜਾਂ ਕੋਈ ਨਜਾਇਜ਼ ਗੱਲ ਕਰ ਰਿਹਾ। ਤੁਸੀਂ ਦੇਖੋ ਉਹ ਝੂਠ ਬੋਲ ਰਿਹਾ ਸੀ, ਮੈਨੂੰ ਉੱਥੇ ਰੋਕਿਆ ਵੀ ਤੂੰ ਇਸ ਗੱਲ ਨੂੰ ਲੈ ਕੇ ਝੂਠ ਨਹੀਂ ਬੋਲਣਾ, ਜਿੰਨੀ ਵੀਡੀਓ ਉਹਨਾਂ ਨੇ ਪੇਸ਼ ਕਰੀ ਉਹਦੇ 'ਚ ਸਭ ਤੋਂ ਪਹਿਲੀ ਗੱਲ ਸ਼ੁਰੂ ਉਸ ਚੀਜ਼ ਤੋਂ ਹੋਈ ਆ ਕਿ ਉਹਨੇ ਗੱਲ ਹੀ ਝੂਠ ਤੋਂ ਸ਼ੁਰੂ ਕਰੀ ਆ, ਕਿਉਂਕਿ ਜਿਹੜਾ ਵੀਡੀਓ ਹੈ ਨਾ MLA ਸਾਹਿਬ, ਉਹਦੇ ਵਿੱਚ ਸਿਰਫ ਤੁਹਾਡੀ ਇੰਨੀ ਆਵਾਜ਼ ਸੁਣਦੀ ਹੈ ਵੀ ਤੈਨੂੰ ਲਪੜੇ ਮਾਰ ਕੇ ਅੰਦਰ ਕੀਤਾ ਹੁੰਦਾ, ਇੰਨੀ ਆਵਾਜ਼ ਸੁਣਦੀ ਹੈ ਤੁਹਾਡੀ, ਬਾਕੀ ਸ਼ੋਰ ਸ਼ਰਾਬੇ ਦੇ ਵਿੱਚ ਜੀ। ਹਾਂ, ਉਹ ਗੱਲ ਇਹੀ ਸ਼ੁਰੂ ਹੋਈ ਨਾ, ਮੈਂ ਜੇ ਹੋਰ ਸਰਕਾਰ ਹੁੰਦੀ ਤਾਂ ਹੁਣ ਨੂੰ ਕਿਹਨੂੰ ਲਫੜੇ ਮਾਰ ਕੇ ਅੰਦਰ ਕਰਿਆ ਹੁੰਦਾ।
ਕਹਿਣ ਦਾ ਮਤਲਬ ਸਿਰਫ ਇੰਨੀ ਉਹਨੂੰ ਗੱਲ ਕਹੀ। ਤੁਸੀਂ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਵੀ ਤੁਸੀਂ ਮਗਰਲੀਆਂ ਸਰਕਾਰਾਂ ਦੀ ਉਦਾਹਰਣ ਦੇ ਰਹੇ ਸੀ ਤੇ ਉਹ ਗੱਲ ਬਿਲਕੁਲ ਉਹ ਤਾਂ ਉਹ ਤੁਹਾਨੂੰ ਪੁੱਟੀ ਪਈ। ਉਹ ਖੁਦ ਕਾਂਗਰਸੀ ਸਰਪੰਚ ਦਾ ਮੁੰਡਾ ਜੀ ਉਹ, ਉਹਨੂੰ ਪਤਾ ਹੈ ਸੱਤ ਪਰਚੇ ਉਹਦੇ ਤੇ, ਉਹਨਾਂ ਨੇ ਲੋਕਾਂ ਨਾਲ ਕੀ ਹਸਰ ਕਰਿਆ ਉਹ ਜਾਣਦਾ ਸਾਰਾ ਕੁਛ। ਹਾਲਾਂਕਿ ਆਪਾਂ ਤਾਂ ਬੜੇ ਆਪਾਂ ਰੋਕਿਆ ਨੀ ਪ੍ਰੋਟੈਸਟ ਕਰਨ ਦੋਨਾਂ ਨੂੰ ਜੀ, ਵੀ ਜੇ ਕੋਈ ਬੰਦਾ ਆਪਣੀ ਗੱਲ ਕਹਿਣ ਆ ਰਿਹਾ ਤਾਂ ਉਹਨੂੰ ਗੱਲ ਕਹਿਣ ਦਿਓ। ਪਰ ਉਸ ਬੰਦੇ ਨੇ ਗੱਲ ਹੀ ਝੂਠ ਤੋਂ ਸ਼ੁਰੂ ਕਰੀ ਆ। ਚਲੋ ਠੀਕ ਹੈ ਲਵ ਸਿੰਘ ਜੀ, ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਆਪਣੀ ਗੱਲ ਜਿਹੜੀ ਹੈ ਕਲੈਰੀਫਾਈ ਕੀਤੀ, ਆਪਣਾ ਪ੍ਰਤੀਕਰਮ ਦਿੱਤਾ। ਤਾਂ ਲਵ ਸਿੰਘ ਉੱਗੋ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਹਿ ਰਹੇ ਨੇ ਕਿ ਮੈਂ ਪਿਛਲੀ ਸਰਕਾਰ ਦਾ ਹਵਾਲਾ ਦਿੱਤਾ ਸੀ ਕਿ ਮੇਰੀ ਜਿਹੜੀ ਗੱਲ ਹੈ ਉਸਨੂੰ ਹੋਰ ਤਰੀਕੇ ਨਾਲ ਪ੍ਰਜੈਂਟ ਕੀਤਾ ਗਿਆ। ਲਵ ਸਿੰਘ ਉੱਗੋ ਕੇ ਕਹਿ ਰਹੇ ਨੇ ਕਿ ਮੈਂ ਮਗਰਲੀਆਂ ਸਰਕਾਰਾਂ ਦਾ ਹਵਾਲਾ ਦਿੱਤਾ ਸੀ ਜਿਸ ਵੇਲੇ ਇਹ ਗੱਲਬਾਤ ਹੋ ਰਹੀ ਸੀ, ਤਾਂ ਮੈਂ ਕਿਹਾ ਕਿ ਜੇ ਹੋਰ ਕੋਈ ਸਰਕਾਰ ਹੁੰਦੀ ਤਾਂ ਲੱਪੜੇ ਮਾਰ ਕੇ ਅੰਦਰ ਕੀਤਾ ਹੁੰਦਾ, ਔਰ ਇਹ ਚੀਜ਼ ਇੱਕ ਵਿਵਾਦ ਦਾ ਕਾਰਨ ਬਣ ਗਈ। ਪਰ ਜੋ ਚੀਜ਼ ਰਿਕਾਰਡ ਹੋ ਜਾਏ, ਜੋ ਬਿਆਨ ਰਿਕਾਰਡ ਹੋ ਜਾਏ, ਕਈ ਵਾਰੀ ਉਸਨੂੰ ਚੁਟਲਾਇਆ ਨਹੀਂ ਜਾ ਸਕਦਾ, ਔਰ ਉਹ ਚੀਜ਼ਾਂ ਜਦੋਂ ਸਾਹਮਣੇ ਆ ਜਾਣ ਫਿਰ ਉਸ ਤੇ ਸਾਹਮਣੇ ਆ ਕੇ ਸਫਾਈ ਵੀ ਦੇਣੀ ਪੈਂਦੀ ਹੈ ਤੇ ਆਪਣੀ ਗੱਲ ਵੀ ਰੱਖਣੀ ਪੈਂਦੀ ਹੈ। ਸੋ ਅਸੀਂ ਪੂਰਾ ਘਟਨਾਕ੍ਰਮ ਜਿਹੜਾ ਹੈ ਉਹ ਦਰਸ਼ਕਾਂ ਦੇ ਸਾਹਮਣੇ ਰੱਖਿਆ ਹੈ ਕਿ ਕੀ ਘਟਨਾਕ੍ਰਮ ਹੋਇਆ, ਕਿਸ ਵੇਲੇ ਇਹ ਗੱਲਬਾਤ ਹੋਈ, ਔਰ ਕੀ ਕੁਛ ਉਸ ਤੋਂ ਬਾਅਦ MLA ਨੇ ਕਿਹਾ, ਜਿਸ ਬਾਰੇ ਉਹਨਾਂ ਨੇ ਸਾਹਮਣੇ ਆ ਕੇ ਹੁਣ ਆਪਣਾ ਸਪਸ਼ਟੀਕਰਨ ਵੀ ਦਿੱਤਾ। ਇੱਕ ਵਾਰੀ ਤੁਹਾਨੂੰ ਫਿਰ ਸੁਣਾ ਦਿੰਦੇ ਹਾਂ ਕਿ ਉਸ ਮੌਕੇ ਤੇ ਹੋਇਆ ਕੀ ਸੀਗਾ। ਸਾਡੇ ਇੱਥੇ MLA ਸਾਹਿਬ ਇੱਕ ਬੇਨਤੀ ਆ ਤੁਹਾਡੇ ਮੂਹਰੇ, ਤੁਹਾਡਾ ਪੰਜਾਬ 'ਚ ਜਿਹੜਾ ਹੈਲਥ ਪ੍ਰਤਿਮਾ ਲਾ ਕਲੀਨਿਕ ਆ ਇਸ ਦਾ ਅਸੀਂ ਵੈਲਕਮ ਕਰਦੇ ਹਾਂ, ਪਰ ਸਾਡੀ ਬੇਨਤੀ ਆ ਵੀ 20,000 ਦੀ 25,000 ਦੀ ਆਬਾਦੀ ਆ ਸੈਣਾ, ਵੀ ਸਾਡਾ ਜਿਹੜਾ ਮੁੱਢਲਾ ਸਿਹਤ ਕੇਂਦਰ ਆ ਇਹਨੂੰ ਬੰਦ ਨਾ ਕੀਤਾ ਜਾਵੇ। ਤੁਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਸਾਥੋਂ ਜਗ੍ਹਾ ਲੈ ਲਓ, ਜਿੱਥੇ ਵੀ ਤੁਹਾਨੂੰ ਠੀਕ ਲੱਗਦੀ ਆ ਲੋਕ ਸਮਝਣਗੇ ਜਗ੍ਹਾ ਤੁਹਾਨੂੰ ਦੇ ਦਿਆਂਗੇ, ਉੱਥੇ ਤੁਸੀਂ ਬਿਲਡਿੰਗ ਬਣਾ ਕੇ ਸ਼ੁਰੂ ਕਰ ਲਓ। ਜੇ ਤੁਹਾਡੇ ਕੋਲ ਫੰਡਸ ਦੀ ਕੋਈ ਕਮੀ ਆ ਤੁਹਾਨੂੰ ਪੰਚਾਇਤ ਬਣੀ ਬਣਾਈ ਬਿਲਡਿੰਗ ਦੇਵੇਗੀ। ਸੋ ਦੇਖੋ ਟੱਲੇਵਾਲ ਵਾਲਿਆਂ ਨੇ ਵਿਰੋਧ ਕਰਤਾ ਉੱਥੇ ਨਹੀਂ ਬਣੇ, ਰੂੜੇਕੇ ਵਾਲੇ ਵਿਰੋਧ ਕਰੀ ਜਾਂਦੇ। ਅਸੀਂ ਤੁਹਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਸਮਾਜ ਪ੍ਰਤੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ, ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ, ਦੇਖੋ ਮੁਹੱਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ 'ਚ ਬਣਾ ਲਓ। ਸਾਡੇ ਇੱਥੇ ਵੋਟਾਂ 'ਚ ਤੁਸੀਂ ਬਾਜ਼ਾਰ 'ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ, 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ। ਸੋ ਅੱਜ ਇਹ ਬਾਜ਼ਾਰ 'ਚ ਸਾਰੇ ਤੁਹਾਡੇ ਵਰਕਰਾਂ ਨੇ, ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦੋ। ਨਹੀਂ ਝੂਠ ਨਹੀਂ ਮੈਂ ਬੋਲਦਾ, ਨਾ ਮੈਂ ਝੂਠ ਬੋਲਿਆ ਕਦੇ, ਨਾ ਬੋਲਣਾ, ਨਾ ਮੈਂ ਝੂਠ ਬੋਲਿਆ ਨਾ ਬੋਲਣਾ, ਗੱਲ ਕਰ ਰਿਹਾ, ਗੱਲ ਕਰ ਰਿਹਾ, ਆਰਾਮ ਨਾਲ ਗੱਲ ਕਰ ਰਿਹਾ। ਤੁਹਾਡਾ ਰਿਸਪੈਕਟ ਕੀਤੀ ਆਏ ਸੀ, ਫਿਰ ਇਹ ਕੀ ਗੱਲ ਹੈ? ਆ ਦੇਖੋ ਜੀ ਤਾਂ ਇਹ ਸਾਰਾ ਘਟਨਾਕ੍ਰਮ, ਸਾਰਾ ਵਾਕਿਆ ਉੱਥੇ ਹੋਇਆ ਸੀ, ਜਿਸ ਤੋਂ ਬਾਅਦ ਵਿਧਾਇਕ ਨੇ ਵੀ ਤਲਖੀ ਦਿਖਾਈ ਔਰ ਉਸ ਸੰਬੰਧਿਤ ਵਿਅਕਤੀ ਨੂੰ ਉਸਨੂੰ ਕਿਹਾ ਕਿ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਤੈਨੂੰ ਅੰਦਰ ਸੁੱਟਿਆ ਹੋਣਾ ਸੀ, ਜਿਸ ਨੂੰ ਲੈ ਕੇ ਸਫਾਈ ਵੀ ਲਵ ਸਿੰਘ ਉੱਗੋ ਕੇ ਵੱਲੋਂ ਦਿੱਤੀ ਗਈ ਹੈ, ਜਿਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਕਲਿੱਪ ਜਿਹੜੀ ਹੈ ਇਹ ਇੱਕ ਵਿਵਾਦ ਦਾ ਕਾਰਨ ਜ਼ਰੂਰ ਬਣ ਗਈ ਹੈ, ਖਾਸ ਕਰਕੇ ਵਿਧਾਇਕ ਦੇ ਪੁਆਇੰਟ ਆਫ ਵਿਊ ਨਾਲ, ਕਿਉਂਕਿ ਜਦੋਂ ਤੁਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਹੋ ਤਾਂ ਉਸ ਵੇਲੇ ਤੁਹਾਡੇ ਮੂੰਹ 'ਚੋਂ ਨਿਕਲਿਆ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਿਸੇ 'ਤੇ ਚੰਗਾ ਅਸਰ ਵੀ ਪਾਉਂਦਾ, ਕਿਸੇ 'ਤੇ ਮਾੜਾ ਅਸਰ ਵੀ ਪਾਉਂਦਾ। ਇਸੇ ਕਰਕੇ ਜਦੋਂ ਤੁਸੀਂ ਪਬਲਿਕ ਦੇ ਨੁਮਾਇੰਦੇ ਬਣ ਜਾਂਦੇ ਹੋ ਤਾਂ ਉਦੋਂ ਫਿਰ ਕਈ ਵਾਰੀ ਬਹੁਤ ਗੱਲਾਂ ਜਿਹੜੀਆਂ ਨੇ ਤੁਹਾਨੂੰ ਜਰਨੀਆਂ ਵੀ ਪੈਂਦੀਆਂ, ਸੁਣਨੀਆਂ ਵੀ ਪੈਂਦੀਆਂ, ਔਰ ਪਬਲਿਕ ਦੇ ਵਿੱਚ ਜਦੋਂ ਤੁਸੀਂ ਖੜ੍ਹੇ ਹੁੰਦੇ ਹੋ ਉਦੋਂ ਬਹੁਤ ਸਾਰੀਆਂ ਚੀਜ਼ਾਂ 'ਤੇ ਕੰਟਰੋਲ ਵੀ ਕਰਨਾ ਪੈਂਦਾ, ਨਹੀਂ ਤਾਂ ਇਸੇ ਤਰੀਕੇ ਨਾਲ ਕੰਟਰੋਵਰਸੀ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ।